ਕੋਲ ਤੋਂ ਪੀਵੀ ਤੇਰਾ ਪ੍ਰਸ਼ਨ ਉੱਤੇ ਸਾਰਿਆਂ ਦਾ ਸਵਾਗਤ ਹੈ। ਥੰਬਨੇਲ ਦੇਖ ਕੇ ਅੱਜ ਹੈਰਾਨ ਜਿਹਾ ਹੋ ਗਏ ਹੋਗੇ ਕਿ ਬਾਈ ਨੇ ਇਹੋ ਜਿਹਾ ਕੀ ਸਪੈਸ਼ਲ ਪਾਤਾ ਵੀਡੀਓ ਦੇ ਵਿੱਚ 12,000 ਦਾ ਕੁਛ। 12,000 ਤਾਂ ਗੱਡੀ ਦੇ ਕਹਿੰਦੇ ਟਾਇਰ ਵੀ ਨਹੀਂ ਆਉਂਦੇ ਜੇ ਵਧੀਆ ਕੰਪਨੀ ਦੇ ਪਵਾਉਣਾ ਜੀ ਆਪਾਂ ਤੇ 12,000 ਰੁਪਏ ਦੇ ਵਿੱਚ ਉਹਨੂੰ ਵਹੀਕਲ ਮਿਲਣ ਵਾਲਾ। ਬਾਈ ਜੀ ਹੈਗਾ ਸੱਚ ਆ, ਦਿਖਾਵਾਂਗੇ ਵੀ ਠੀਕ ਹੈ। ਇਸ ਤੋਂ ਪਹਿਲਾਂ ਜ਼ਰੂਰੀ ਇਨਫੋਰਮੇਸ਼ਨ ਹੈ ਜੀ, ਜੇ ਤੁਹਾਨੂੰ ਸਾਡਾ ਕੋਈ ਵੀ ਕਸਟਮਰ ਜੀ ਤੁਹਾਨੂੰ ਆਨਲਾਈਨ ਐਡਵਾਂਸ ਪੇਮੈਂਟ ਦੀ ਡਿਮਾਂਡ ਕਰਦਾ ਨਾ ਤੇ ਬਾਹਰ ਵੀ ਆਨਲਾਈਨ ਕਰ ਦਿਓ, ਸਾਨੂੰ ਕੁਰੀਅਰ ਵਗੈਰਾ ਕਰ ਦਿੰਦੇ ਹਾਂ, ਹੱਥ ਜੋੜ ਕੇ ਰਿਕੁਐਸਟ ਹੈ ਜੀ, ਕਿਸੇ ਨੇ ਮੇਰੇ ਵੀਰ ਨੇ ਕਿਸੇ ਨੂੰ ਕੋਈ ਵੀ ਆਨਲਾਈਨ ਐਡਵਾਂਸ ਪੇਮੈਂਟ ਨਹੀਂ ਕਰਨੀ। ਵਹੀਕਲ ਦੇਖੋ ਜਾ ਕੇ, ਹੈ ਨਾ, ਜਾਂਚ ਪੜਤਾਲ ਕਰੋ ਅਤੇ ਉਸ ਤੋਂ ਬਾਅਦ ਤੁਸੀਂ ਜਿਵੇਂ ਡੀਲ ਕਰਨਾ ਉਹ ਕਰ ਸਕਦੇ ਹੋ, ਠੀਕ ਹੈ ਜੀ। ਅਤੇ ਇਸ ਪੈਂਪਲੇਟ ਨੂੰ ਚੰਗੀ ਤਰ੍ਹਾਂ ਦੇਖ ਲਓ ਅਤੇ ਇਹਦੀ ਜਾਣਕਾਰੀ ਮੈਂ ਤੁਹਾਨੂੰ ਦੂੰਗਾ ਵੀਡੀਓ ਦੇ ਲਾਸਟ ਦੇ ਵਿੱਚ। ਇੱਕ ਹਲਕੀ ਜਿਹੀ ਗੱਲ ਹੋਰ ਕਰ ਲੈਂਦਾ, ਇੱਕ ਨਾ ਕਮੈਂਟ ਬੜੇ ਸੀਗੇ ਮੈਨੇ ਵੀ ਰੇਟ ਪ੍ਰਾਈਜ਼ ਕਾਫੀ ਜ਼ਿਆਦਾ ਹਾਈ ਨੇ, ਹੈ ਨਾ ਵੀ ਇਹ। ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਕਰੀਮ ਅਤੇ ਪਾਣੀ ਵਾਲੇ ਦੁੱਧ ਦਾ ਰੇਟ ਦਾ ਫਰਕ ਹੁੰਦਾ ਹੀ ਹੁੰਦਾ ਮੇਰੇ ਵੀਰੋ। ਤੁਸੀਂ ਮੈਂ ਨਾ ਡੀਲਰ ਮੰਨ ਕੇ ਚੱਲ, ਮੈਂ ਕਾਰਵਾਰ ਦੀ ਵੀਡੀਓ ਪਾ ਦਾ, ਹੈ ਨਾ, ਤੁਹਾਨੂੰ ਸਵਾਦ ਨਾ ਆਵੇ ਫਿਰ ਉਹ ਚੀਜ਼ ਦਾ ਸਵਾਦ ਕੀ ਹੈ ਯਾਰ, ਹੈ ਨਾ। ਸਿੱਧੀ ਜੀ ਗੱਲ ਹੈ, ਤੁਹਾਨੂੰ ਘਰੇ ਬੈਠੇ ਹੋਏ ਘੱਟੋ ਘੱਟ ਫੈਮਿਲੀਜ਼ ਕਾਰ, ਪਰਸਨਲ ਕਾਰਾਂ ਮਿਲ ਰਹੀ ਨਹੀਂ ਆ, ਰੇਟ ਤਾਂ ਦੇਖੋ ਵੀਰੇ ਥੋੜ੍ਹਾ ਜਿਹਾ ਹੁੰਦਾ ਹੀ ਹੁੰਦਾ। ਕਰੀਮ ਦਾ ਅਤੇ ਪਾਣੀ ਵਾਲੇ ਦੁੱਧ ਦਾ ਫਰਕ ਤਾਂ ਹੁੰਦਾ ਹੀ ਹੁੰਦਾ, ਠੀਕ ਹੈ। ਇੱਕ ਵਾਰੀ ਗੱਡੀ ਲੈਣੀ ਹੈ ਤਾਂ ਹੈਗੀ ਵੀ ਘੱਟੋ ਘੱਟ ਤਸੱਲੀ ਵਾਲੀ ਗੱਡੀ ਮਿਲ ਜੂ, ਬਾਰ ਬਾਰ ਰੋਜ਼ ਰੋਜ਼ ਪੈਸੇ ਲਾਉਣ ਨਾਲੋਂ ਮੱਥੇ 'ਤੇ ਸਿਰਾ ਮਾਰੋਗੇ ਕਿ ਇੱਕ ਵਾਰ ਲੈ ਲਈ ਯਾਰ, ਆਹ ਕੀ ਹੋ ਗਿਆ, ਯੇ ਹੋ ਗਿਆ, ਫਿਰ ਉਹ ਪੈਸੇ ਖਾਈ ਹੋਊਗੀ। ਇਸ ਤੋਂ ਵਧੀਆ ਬੈਟਰ ਹੈ ਕਿ ਚੱਜ ਦੀ ਗੱਡੀ ਮਿਲ ਜੇ, ਹੈ ਨਾ, ਚੱਜ ਦਾ ਵਹੀਕਲ ਮਿਲ ਜੇ ਵੀ ਆਪਣੀ ਲਾਈਫ ਟਾਈਮ ਤਾਂ ਚੱਲੇ ਘੱਟੋ ਘੱਟ। ਹੁਣ ਲਾਈਫ ਟਾਈਮ ਦੀ ਗੱਲ ਨਹੀਂ ਕਰਦਾ ਵੀ 14-15 ਸਾਲ ਵਧੀਆ ਚੱਲ ਜੇ। ਸੋ ਕਰ ਲੱਗੇ ਜੀ ਵੀਡੀਓ ਸਟਾਰਟ। ਸਭ ਤੋਂ ਪਹਿਲੀ ਗੱਡੀ ਦੇ ਨਾਲ ਆ ਜੀ, ਗੱਡੀ ਨਹੀਂ ਜੀ ਮੋਟਰਸਾਈਕਲ, ਸਭ ਤੋਂ ਪਹਿਲੀ ਅੱਜ ਆਪਣੇ ਕੋਲ CD ਡਿਲਕਸ ਹੀਰੋ ਦਾ ਮੋਟਰਸਾਈਕਲ ਜੀ, 2019 ਮਾਡਲ ਦਾ ਦੋਸਤੋ। ਮਾਨਸਾ ਏਰੀਆ ਜਿੱਥੇ ਇਹ ਮੋਟਰਸਾਈਕਲ ਖੜਾ ਜੀ, 50,000 ਰੁਪਇਆ ਮੋਟਰਸਾਈਕਲ ਦੀ ਡਿਮਾਂਡ ਹੈ ਜੀ, ਚੱਕੋ। 2019 ਮਾਡਲ 50,000 ਰੁਪਏ ਦੇ ਵਿੱਚ ਜੀ, ਇਹ ਵੀ ਫਿਕਸ ਪ੍ਰਾਈਜ਼ ਨਹੀਂ ਹੈਗਾ, ਡਿਸਕਾਊਂਟ ਦੇਵਾਂਗੇ ਜੀ ਪੀਵੀ ਤੇਰਾ ਪ੍ਰੋਡਕਸ਼ਨ। ਕਰ ਲਓ ਜੀ ਇਹਨਾਂ ਦਾ ਮੋਬਾਈਲ ਨੰਬਰ ਨੋਟ ਜੀ, 7575-0-6513। ਕਰ ਲਓ ਜੀ ਸਕਰੀਨਸ਼ੋਟ, ਨਾਲ ਤੁਹਾਨੂੰ ਪ੍ਰੋਪਰ ਡਿਟੇਲ ਵੀ ਮਿਲੂਗੀ ਸਕਰੀਨ ਦੇ ਉੱਪਰ। ਇਸ ਤੋਂ ਬਾਅਦ ਨੈਕਸਟ ਗੱਡੀ ਹੈਗੀ ਆਪਣੇ ਕੋਲ ਜੀ, ਫਿਆਟ ਦੀ ਪੁੰਟੋ ਗੱਡੀ, 2010 ਮਾਡਲ ਦਾ ਦੋਸਤੋ। ਕੰਡੀਸ਼ਨ A1 ਹੈ, ਫਸਟ ਓਨਰ ਹੈ, 86,000 ਕਿਲੋਮੀਟਰ ਚੱਲੀ ਹੋਈ ਹੈ। ਜਲੰਧਰ ਏਰੀਆ ਜਿੱਥੇ ਗੱਡੀ ਖੜੀ ਹੈ ਜੀ, 1,45,000 ਰੁਪਏ ਇਸ ਗੱਡੀ ਦੀ ਡਿਮਾਂਡ ਹੈ। ਕੰਡੀਸ਼ਨ ਤੁਹਾਡੇ ਸਾਹਮਣੇ ਦੇਖ ਲਓ, ਇਹ ਵੀ ਫਿਕਸ ਨਹੀਂ ਹੈਗਾ। ਪੀਵੀ ਤੇਰਾ ਪ੍ਰੋਡਕਸ਼ਨ ਤੁਹਾਨੂੰ ਹਰੇਕ ਵਹੀਕਲ ਦੇ ਪ੍ਰਾਈਜ਼ ਦੇ ਵਿੱਚੋਂ ਡਿਸਕਾਊਂਟ ਦਵਾਊਗੀ ਦਵਾਊਗਾ ਜੀ 100%। ਇਹਨਾਂ ਦਾ ਮੋਬਾਈਲ ਨੰਬਰ ਕਰ ਲਓ 98551 ਜੀ 81805 ਦੋਸਤੋ, ਕਰ ਲਓ ਸਕਰੀਨਸ਼ੋਟ। ਇਸ ਤੋਂ ਬਾਅਦ ਜਿਹੜੀ ਗੱਡੀ ਜੀ ਆਪਣੇ ਕੋਲ, ਵਰਨਾ ਫਲਿਊਡਿਕਾ, ਨਾ ਵਰਨਾ ਫਲਿਊਡਿਕਾ ਜੀ, ਵਰਨਾ ਓਲਡ ਮਾਡਲ ਹੈ ਜੀ, 2008 ਮਾਡਲ ਹੈ, ਸੋਰੀ ਗਲਤੀ ਹੋ ਗਈ, ਟੌਪ ਮਾਡਲ ਹੈ ਜੀ ਇਹ, ਠੀਕ ਹੈ, ABS ਵਾਲਾ। ਸੈਕਿੰਡ ਓਨਰ ਹੈ, ਡੀਜ਼ਲ ਦਾ ਵੈਰੀਐਂਟ ਹੈ, ਜਲੰਧਰ ਏਰੀਆ ਜਿੱਥੇ ਗੱਡੀ ਖੜੀ ਹੈ। ਕੰਡੀਸ਼ਨ ਤੁਹਾਡੇ ਸਾਹਮਣੇ ਅਲਾਈਵਲ ਪਏ ਹੋਏ ਨੇ, 2,10,000 ਰੁਪਏ ਇਸ ਗੱਡੀ ਦੀ ਡਿਮਾਂਡ ਹੈ। ਕਰ ਲਓ ਜੀ ਮੋਬਾਈਲ ਨੰਬਰ ਨੋਟ 98551 ਜੀ 81805 ਸਕਰੀਨਸ਼ੋਟ ਕਰ ਲਓ ਜੀ ਇਸ ਚੀਜ਼ ਦਾ। ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ ਸਵਿਫਟ ਡਿਜ਼ਾਇਰ VXI, ਪੈਟਰੋਲ ਦੀ ਗੱਡੀ ਹੈ ਦੋਸਤੋ, 2014 ਮਾਡਲ ਹੈ ਜੀ। ਕੰਡੀਸ਼ਨ ਇੱਕਦਮ ਓਕੇ, ਜਿੰਨੀਆਂ ਵੀ ਗੱਡੀਆਂ ਜਿੰਨੇ ਵੀ ਮੋਟਰਸਾਈਕਲ ਜੋ ਵੀ ਕੁਝ ਦਿਖਾਊਂਗਾ ਸਾਰੇ ਹੋਣਗੇ ਪਰਸਨਲ ਅਤੇ ਫੈਮਿਲੀ ਘਰੇ ਖੜੇ ਹੋਏ। 2014 ਮਾਡਲ ਸੈਕਿੰਡ ਓਨਰ ਜੀ, ਜਲੰਧਰ ਏਰੀਆ ਜਿੱਥੇ ਗੱਡੀ ਖੜੀ ਹੈ। 4,65,000 ਰੁਪਏ ਗੱਡੀ ਦੀ ਡਿਮਾਂਡ ਹੈ। ਕੰਟੈਕਟ ਨੰਬਰ ਇਹਨਾਂ ਦਾ ਕਰ ਲਓ ਜੀ ਨੋਟ, 98143 ਜੀ 52421, ਕਰ ਲਓ ਦੋਸਤੋ ਸਕਰੀਨਸ਼ੋਟ ਇਸ ਚੀਜ਼ ਦਾ। ਇਸ ਤੋਂ ਬਾਅਦ ਆਪਣੇ ਕੋਲ ਆ ਗਿਆ ਜੀ ਸਪਲੈਂਡਰ ਮੋਟਰਸਾਈਕਲ, ਠੀਕ ਹੈ ਜੀ, ਹੀਰੋ ਦਾ, 2004 ਮਾਡਲ ਹੈ ਜੀ, ਠੀਕ ਹੈ, ਜਗਰਾਓ ਏਰੀਆ ਜਿੱਥੇ ਇਹ ਮੋਟਰਸਾਈਕਲ ਖੜਾ ਜੀ। 18,000 ਰੁਪਇਆ ਮੋਟਰਸਾਈਕਲ ਦੀ ਡਿਮਾਂਡ ਹੈ ਜੀ। ਇਹਨਾਂ ਦਾ ਕੰਟੈਕਟ ਨੰਬਰ ਕਰ ਲਓ ਜੀ ਨੋਟ, 76579-28998, ਕਰ ਲਓ ਜੀ ਨੋਟ। ਇਸ ਤੋਂ ਬਾਅਦ ਆਪਣੇ ਕੋਲ ਆ ਗਿਆ ਜੀ ਸਵਿਫਟ ZDI, ਟੌਪ ਮਾਡਲ ਹੈ ਜੀ, 2012 ਦਾ, 2012 ਟੌਪ ਮਾਡਲ ਸਵਿਫਟ, ਡੀਜ਼ਲ ਦਾ ਵੈਰੀਐਂਟ ਹੈ, ਬਠਿੰਡਾ ਏਰੀਆ ਜਿੱਥੇ ਗੱਡੀ ਖੜੀ ਹੈ ਜੀ। 4,30,000 ਰੁਪਏ ਇਸ ਗੱਡੀ ਦੀ ਡਿਮਾਂਡ ਹੈ। ਕੰਡੀਸ਼ਨ ਤੁਹਾਡੇ ਸਾਹਮਣੇ, ਕਰ ਲਓ ਜੀ ਇਹਨਾਂ ਦਾ ਕੰਟੈਕਟ ਨੰਬਰ ਨੋਟ, 98768 ਜੀ 03641, ਕਰ ਲਓ ਦੋਸਤੋ ਸਕਰੀਨਸ਼ੋਟ ਇਸ ਚੀਜ਼ ਦਾ। ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ ਅਲਟੋ K10, ਹੱਦੋਂ ਵੱਧ ਡਿਮਾਂਡਿੰਗ ਗੱਡੀ ਹੋ ਚੁੱਕੀ ਹੈ ਜੀ। ਅਲਟੋ K10 ਮਿਲਦੀ ਵੀ ਨਹੀਂ, ਠੀਕ ਹੈ, ਮੇਰੇ ਲਵੇ ਮੈਸੇਜ ਬਾਕਸ ਭਰ ਜਾਂਦੇ ਨੇ ਵੀਰੇ, ਅਲਟੋ K10 ਦਵਾ ਦਿਓ। K10 ਲੈ ਕੇ ਆਈਏ ਆਪਾਂ ਅੱਜ, ਆਪਣੇ ਕੋਲ ਅਲਟੋ K10 ਦੋ ਨੇ ਇਸ ਵੀਡੀਓ ਦੇ ਵਿੱਚ। VXI ਹੋਈ 2013 ਮਾਡਲ ਅਲਟੋ ਦੋਸਤੋ, 70,000 ਕਿਲੋਮੀਟਰ ਚੱਲੀ ਹੋਈ ਜੀ, ਰਾਜਪੁਰਾ ਏਰੀਆ ਜਿੱਥੇ ਗੱਡੀ ਖੜੀ ਹੈ। 2,35,000 ਰੁਪਏ ਇਸ ਗੱਡੀ ਦੀ ਡਿਮਾਂਡ ਹੈ। ਇਹਨਾਂ ਦਾ ਕੰਟੈਕਟ ਨੰਬਰ ਕਰ ਲਓ ਜੀ ਨੋਟ, 62804-01923, ਵੀਡੀਓ ਨੂੰ ਆਰਾਮ ਨਾਲ ਦੇਖ ਲਿਆ ਕਰੋ, ਕਾਹਲੀ ਨਾ ਜਾਓ, ਜਲਦਬਾਜ਼ੀ ਕਦੇ ਵੀ ਨਾ ਕਰਿਓ ਗੱਡੀ ਲੈਣ ਦੇ ਵਿੱਚ, ਵੀਡੀਓ ਦੇਖਣ ਦੇ ਵਿੱਚ। ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ ਵਰਨਾ ਫਲਿਊਡਿਕ ਗੱਡੀ, 2012 ਮਾਡਲ ਹੈ ਜੀ, ਡੀਜ਼ਲ ਦਾ ਵੈਰੀਐਂਟ ਹੈ, ਫਸਟ ਓਨਰ ਹੈ,
ਗੁਰਦਾਸਪੁਰ ਏਰੀਆ ਜਿੱਥੇ ਗੱਡੀ ਖੜੀ ਜੀ, 3,25,000 ਰੁਪਏ ਇਸ ਗੱਡੀ ਦੀ ਡਿਮਾਂਡ ਹੈ। ਇਹਨਾਂ ਦਾ ਕੰਟੈਕਟ ਨੰਬਰ ਕਰ ਲਓ ਜੀ ਨੋਟ, 700 ਪੂਰਾ ਜੀ, 911 ਅਤੇ 2 2 0 ਜੀ 4, ਕਰੋ ਦੋ ਦੋ ਸਕਰੀਨਸ਼ੋਟ ਇਸ ਚੀਜ਼ ਦਾ। ਇਸ ਤੋਂ ਬਾਅਦ ਆਪਣੇ ਕੋਲ ਇੱਕ ਹੋਰ ਜਿਹੜੀ ਮੈਂ ਤੁਹਾਨੂੰ ਕਿਹਾ ਸੀ ਅਲਟੋ K10, ਇੱਕ ਹੋਰ ਹੈ ਜੀ VXi, ਇਹ ਦੋਸਤੋ ਹੈਗੇ 2010 ਮਾਡਲ ਜੀ। ਕੰਡੀਸ਼ਨ ਦੇਖ ਲਓ ਚੰਗੀ ਤਰ੍ਹਾਂ ਫੋਟੋ ਨੂੰ ਆਰਾਮ ਨਾਲ, 72,000 ਕਿਲੋਮੀਟਰ ਚੱਲੀ ਹੋਈ ਹੈ ਜੀ। ਬਰਨਾਲਾ ਏਰੀਆ ਜਿੱਥੇ ਇਹ ਗੱਡੀ ਖੜੀ ਹੈ, 2,10,000 ਰੁਪਇਆ ਇਸ ਗੱਡੀ ਦੀ ਡਿਮਾਂਡ ਹੈ। ਇਹਨਾਂ ਦਾ ਕੰਟੈਕਟ ਨੰਬਰ ਕਰ ਲਓ ਜੀ ਨੋਟ, 98,765,39,159, ਕਰ ਲਓ ਦੋਸਤੋ ਸਕਰੀਨਸ਼ੋਟ ਇਸ ਚੀਜ਼ ਦਾ। ਇਸ ਤੋਂ ਬਾਅਦ ਆਪਣੇ ਕੋਲ ਆ ਗਿਆ ਜੀ ਮੋਟਰਸਾਈਕਲ ਹੌਂਡਾ ਦਾ, ਨਾਮ ਮੈਨੂੰ ਪਤਾ ਨਹੀਂ, ਬਾਈ ਨੇ ਐਂਡ ਕਰਾ ਰੱਖਿਆ ਮੋਟਰਸਾਈਕਲ ਦਾ, ਸ਼ੇਪ ਦੇਖ ਲਓ, 2010 ਮਾਡਲ ਹੈ ਜੀ। ਲੁਧਿਆਣਾ ਏਰੀਆ ਜਿੱਥੇ ਮੋਟਰਸਾਈਕਲ ਖੜਾ ਹੈ, 12,000 ਰੁਪਇਆ ਡਿਮਾਂਡ ਹੈ। ਕਹਿੰਦੇ ਸੀਗਾ 12,000 ਤੋਂ ਸਟਾਰਟ ਹੋਊਗਾ, ਤਾਂ 12,000 ਦਾ ਤੁਹਾਨੂੰ ਵਹੀਕਲ ਤੁਹਾਡੇ ਸਾਹਮਣੇ ਕਰਤਾ ਜੀ, ਜੋ ਹੈਗਾ ਦਿਖਾਵਾਂਗੇ। 12,000 ਰੁਪਇਆ ਡਿਮਾਂਡ ਹੈ, ਇਹ ਵੀ ਫਿਕਸ ਨਹੀਂ ਹੈਗਾ, ਇਹਦੇ ਵਿੱਚੋਂ ਹੀ ਦੇਵਾਂਗੇ ਡਿਸਕਾਊਂਟ। ਮੋਬਾਈਲ ਨੰਬਰ ਕਰ ਲਓ ਜੀ ਇਹਨਾਂ ਦਾ ਨੋਟ, 95,016,69,444, ਕਰ ਲਓ ਦੋਸਤੋ ਸਕਰੀਨਸ਼ੋਟ। ਇਸ ਤੋਂ ਬਾਅਦ ਨੈਕਸਟ ਗੱਡੀ ਅੱਗੇ ਆਪਣੇ ਕੋਲ ਜੀ ਸੈਂਟਰੋ ਗੱਡੀ ਹੈ, 2011 ਮਾਡਲ ਹੈ ਜੀ, ਪੈਟਰੋਲ ਪਲੱਸ CNG, ਠੀਕ ਹੈ, CNG ਕਿੱਟ ਲੱਗੀ ਹੋਈ ਹੈ ਗੱਡੀ ਦੇ ਵਿੱਚ। ਫਰੀਦਾਬਾਦ ਹਰਿਆਣੇ ਦਾ ਏਰੀਆ ਹੈ ਜਿੱਥੇ ਇਹ ਦੋਸਤੋ ਗੱਡੀ ਖੜੀ ਹੈ। ਇਹਨਾਂ ਦੇ ਪ੍ਰਾਈਜ਼ ਦੀ ਡਿਮਾਂਡ ਹੈਗੀ ਜੀ 1,65,000 ਰੁਪਇਆ। ਸੋ ਇਹਨਾਂ ਦਾ ਕਰ ਲਓ ਜੀ ਕੰਟੈਕਟ ਨੰਬਰ ਨੋਟ, 70,151,59,181, ਕਰ ਲਓ ਦੋਸਤੋ ਸਕਰੀਨਸ਼ੋਟ। ਅੱਜ ਤੁਹਾਡੇ ਲਈ ਮਤਲਬ ਦੋ ਗੱਲਾਂ ਦੱਸਣ ਲੱਗਿਆ ਜੀ, ਹੁਣ ਮੈਂ ਵੀਡੀਓ ਦੇ ਵਿੱਚ, ਵੀਡੀਓ ਖਤਮ ਨਹੀਂ ਹੋਈ, ਧਿਆਨ ਨਾਲ ਸੁਣ ਲਿਓ। ਪਹਿਲਾਂ ਮੈਂ ਪੈਂਪਲੇਟ ਦੀ ਗੱਲ ਕਰ ਲੈਂਦਾ ਜੀ ਦੋਸਤੋ, ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਹੀਕਲ ਖੜਾ ਜੀ ਫੋਰ ਸੇਲ ਦੇ ਲਈ, ਤੁਸੀਂ ਸੇਲ ਕਰਨਾ ਹੈ ਆਪਣੇ ਚੈਨਲ ਦੇ ਥਰੂ, ਤੁਸੀਂ ਕਰ ਸਕਦੇ ਹੋ, ਕਰਨਾ ਕੀ ਜੀ ਫ੍ਰੀ ਦੇ ਵਿੱਚ ਤੁਹਾਡੇ ਵਹੀਕਲ ਦੇ ਆਪਾਂ ਐਡ ਕਰਾਂਗੇ। ਮੇਰਾ ਇਸ ਵਟਸਐਪ ਦੇ ਨੰਬਰ ਦੇ ਉੱਪਰ ਹੈ ਨਾ, ਇਹ ਜੋ ਦਿਖ ਰਿਹਾ ਹੈਗਾ, ਇਹਦੇ ਉੱਪਰ ਤੁਸੀਂ ਆਪਣੇ ਵਹੀਕਲ ਦੀ ਡਿਟੇਲ ਸੈਂਡ ਕਰ ਦੋਗੇ, ਅਤੇ 6 ਤੋਂ 7 ਪ੍ਰੋਪਰ ਫੋਟੋਆਂ ਜ਼ਰੂਰ ਸੈਂਡ ਕਰ ਦਿਓ ਡਿਟੇਲ ਦੇ ਵਿੱਚ, ਕਿ ਵਹੀਕਲ ਕਿਹੜਾ, ਨਾਮ ਕੀ ਹੈ, ਡੀਜ਼ਲ ਹੈ, ਪੈਟਰੋਲ ਹੈ, ਕਿੰਨੇ ਕਿਲੋਮੀਟਰ ਚੱਲਿਆ ਹੈ, ਓਨਰ ਕੀ ਹੈ ਜੀ, ਤੁਹਾਡੇ ਰੇਟ ਦੀ ਡਿਮਾਂਡ ਕੀ ਹੈ, ਤੁਹਾਡਾ ਏਰੀਆ ਕੀ ਹੈ, ਠੀਕ ਹੈ ਜੀ, ਅਤੇ ਤੁਹਾਡਾ ਕੰਟੈਕਟ ਨੰਬਰ। ਪਲੀਜ਼ ਇਹ 2-3 ਚੀਜ਼ਾਂ ਜ਼ਰੂਰੀ ਨੇਗੀਆਂ, ਇਹ ਕਰਦਾ ਕਰੋ ਸੈਂਡ, ਮੈਨੂੰ ਵੀਡੀਓ ਬਣਾਉਣ ਦੇ ਵਿੱਚ ਚਾਹੀਦੀਆਂ ਹੁੰਦੀਆਂ ਨੇਗੀਆਂ। ਅਤੇ ਸੈਕਿੰਡ ਗੱਲ ਹੈ ਜੀ, ਹੁਣ ਆਪਾਂ ਥੋੜ੍ਹਾ ਜਿਹਾ ਬਾਹਰ ਜਾ ਕੇ ਵੀਡੀਓ ਲੱਗ ਗਏ ਬਣਾਉਣ ਜੀ, ਰੇਟ ਥੋੜ੍ਹਾ ਜਿਹਾ ਵਾਇਜ਼ ਰੱਖਣਾ। ਜੇ ਕੋਈ ਮੇਰਾ ਵੀਰ ਕਾਰ ਬਾਜ਼ਾਰ ਦਾ ਕੰਮ ਕਰਦਾ, ਵਧੀਆ ਜੈਨੂਅਲ ਜਿਹੀਆਂ ਗੱਡੀਆਂ ਰੱਖਦਾ, ਠੀਕ ਹੈ, ਆਪਾਂ ਤੁਹਾਡੇ ਕਾਰ ਬਾਜ਼ਾਰ ਨੂੰ ਪ੍ਰਮੋਟ ਕਰਾਂਗੇ ਜੀ ਆਲ ਇੰਡੀਆ ਲੈਵਲ 'ਤੇ, ਠੀਕ ਹੈ ਜੀ, ਤਾਂ ਜੋ ਤੁਹਾਡੇ ਬਿਜ਼ਨਸ ਦੇ ਵਿੱਚ ਵਾਧਾ ਹੋ ਸਕਣ, ਠੀਕ ਹੈ। ਉਹਦੇ ਆਪਾਂ ਕੋਈ ਜ਼ਿਆਦਾ ਮੈਕਸੀਮਮ ਚਾਰਜਰ ਅੱਗੇ ਬਹੁਤ ਹੀ ਜ਼ਿਆਦਾ, ਤੁਸੀਂ ਹੋਰ ਯੂਟਿਊਬਰ ਨੂੰ ਚੈੱਕ ਕਰ ਲਿਓ ਹੈ ਨਾ, ਉਹਨਾਂ ਦੇ ਪ੍ਰਾਈਜ਼ ਅਤੇ ਆਪਣੇ ਪ੍ਰਾਈਜ਼ ਦਾ ਕੰਪੇਅਰ ਕਰ ਲਿਓ, ਤੁਹਾਨੂੰ ਪਤਾ ਲੱਗ ਜੂਗਾ ਕਿ ਹਾਂ ਬਾਈ ਵੀ ਤੇਰਾ ਪ੍ਰੋਡਕਸ਼ਨ ਠੀਕ ਨੇ, ਅਤੇ ਬਹੁਤ ਹੀ ਵਾਜਬ ਜੇ ਰੇਟਾਂ ਦੇ ਰੱਖਿਆ ਹੈਗਾ। ਕਰਾਉਣਾ ਹੋਵੇ ਤਾਂ ਵੀ ਤੁਸੀਂ ਇਸ ਵਟਸਐਪ ਦੇ ਨੰਬਰ ਦੇ ਉੱਪਰ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ, ਠੀਕ ਹੈ ਜੀ। ਬਾਕੀ ਜੋ ਆਪਣੇ ਚੈਨਲ 'ਤੇ ਨਵੇਂ ਦੋਸਤੋ, ਕਰ ਲਓ ਚੈਨਲ ਨੂੰ ਸਬਸਕ੍ਰਾਈਬ, ਕਿਉਂਕਿ ਤੁਹਾਨੂੰ ਇੱਥੇ ਮਿਲਣਗੇ ਜੀ ਕਰੀਮ, ਸਿੱਧੀ ਜਿਹੀ ਗੱਲ ਹੈ ਹੈ ਨਾ, ਇੱਥੇ ਤੁਹਾਨੂੰ ਮਤਲਬ ਟਾਈਮ ਵੇਸਟ ਹੋਣ ਤੋਂ ਬਚ ਜਾਂਦਾ, ਸਿੱਧੀ ਜਿਹੀ ਗੱਲ ਕਹਿੰਦਾ ਨਾ ਮੈਂ, ਅਤੇ ਬਸ ਥੈਂਕ ਯੂ ਅਤੇ ਸਾਡੀ ਵੀਡੀਓ ਦੇਖਣ ਦੇ ਲਈ। ਮਿਲਦੇ ਜੀ ਨੈਕਸਟ ਵੀਡੀਓ ਦੇ ਵਿੱਚ, ਇਦੋਂ ਵੀ ਵਧੀਆ ਅਤੇ ਟੌਪ ਦੇ ਗੱਡੀਆਂ ਦੇ ਨਾਲ, ਅਤੇ ਰੇਟ ਵੀ ਆਪਾਂ ਤੁਹਾਡੇ ਹੀ ਇੱਛਾ ਦੇ ਅਨੁਸਾਰ ਰੱਖਦੇ, ਮਤਲਬ ਮੈਂ ਲੈ ਕੇ ਆਉਂਦੇ ਹੁੰਦੇ ਆਪਾਂ ਬਸ। ਬਾਕੀ ਥੈਂਕ ਯੂ, ਥੈਂਕ ਯੂ, ਠੀਕ ਹੈ ਜੀ।